ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਭਾਰਤ ਵਿਕਾਸ ਪਰਿਸ਼ਦ ਵੱਲੋਂ ਰਾਮ ਗਊਸ਼ਾਲਾ ਬਿਲਗਾ ਵਿੱਚ 7 ਟਰਾਲੀਆਂ ਤੂੜੀ ਦੀਆਂ ਦਾਨ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵੀ 2 ਟਰਾਲੀਆਂ ਪੱਠਿਆਂ ਦੀਆਂ ਵੀ ਦਿੱਤੀਆਂ ਗਈਆਂ ਸਨ। ਇਸ ਮੌਕੇ ਮੈਂਬਰ ਅਸ਼ਵਨੀ ਸਿਆਲ, ਸੰਜੀਵ ਸੋਨੀ, ਬਲਰਾਮ ਮੰਦੋਕ, ਪ੍ਰਿੰਸੀਪਲ ਰਵੀ ਸ਼ਰਮਾ, ਮਾਸਟਰ ਸ਼ਸ਼ੀ ਕੁਮਾਰ, ਡਾਕਟਰ ਰਮਨ ਕੁਮਾਰ, ਤਰਸੇਮ ਲਾਲ, ਪੁਸ਼ਕਰ ਅਰੋੜਾ ਤੋਂ ਇਲਾਵਾ ਹੋਰ ਹਾਜ਼ਰ ਸਨ। ਬਿਲਗਾ ਤੋਂ ਦਵਿੰਦਰ ਸਿੰਘ ਜੌਹਲ ਦੀ ਰਿਪੋਰਟ। ਹਾਂਜੀ, ਅੱਜ ਭਾਰਤ ਵਿਕਾਸ ਪਰਿਸ਼ਦ ਬਿਲਗਾ ਵੱਲੋਂ ਗਊਸ਼ਾਲਾ, ਰਾਮ ਗਊਸ਼ਾਲਾ ਵਿੱਚ ਸਾਰੇ ਮੈਂਬਰ ਇਕੱਤਰਿਤ ਹੋਏ। ਉਹਨਾਂ ਨੇ 7 ਟਰਾਲੀਆਂ ਗਊਸ਼ਾਲਾ ਨੂੰ ਤੂੜੀ ਦੀਆਂ ਦਾਨ ਕੀਤੀਆਂ ਨੇ। ਅਤੇ ਇਸ ਤੋਂ ਪਹਿਲਾਂ ਵੀ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਬਾਕੀ ਮੈਂਬਰ ਹਨ, ਉਹ ਬਹੁਤ ਤਰ੍ਹਾਂ ਦੀ, ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈ, ਭਾਵੇਂ ਚਾਰ ਦੀ ਸੇਵਾ ਪਿੱਛੇ ਰਹਿੰਦੇ, 2 ਟਰਾਲੀਆਂ ਹਰੇ ਚਾਰ ਵੀ ਦਿੱਤੀਆਂ ਸਨ, ਅਤੇ ਹੋਰ ਵੀ ਇਸ ਤਰ੍ਹਾਂ ਦੀ ਸੇਵਾ ਭਾਰਤ ਵਿਕਾਸ ਪਰਿਸ਼ਦ ਵਾਲੇ ਕਰਦੇ ਰਹਿੰਦੇ ਹਨ। ਅਤੇ ਮੈਂ ਭਾਰਤ ਵਿਕਾਸ ਪਰਿਸ਼ਦ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕਿ ਉਹ ਇਸ ਤਰ੍ਹਾਂ ਦੇ ਨੇਕ ਕੰਮਾਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹਨ।